ਇਹ ਹੈਗਾ ਜੀ ਸ਼੍ਰੀਨਗਰ ਦਾ ਰੇਲਵੇ ਸਟੇਸ਼ਨ। ਇਹ 8-10 ਕਿਲੋਮੀਟਰ ਦੂਰ ਹੈ ਸ਼੍ਰੀਨਗਰ ਤੋਂ ਨਗਾਓਂ ਉੱਥੇ ਦਾ। ਦੇਖੋ ਬਹੁਤ ਵਧੀਆ ਲੱਕੜੀ ਦਾ ਕੰਮ ਹੋਇਆ। ਚਲੋ ਚਲੋ ਜੀ, ਜਿਹੜੇ ਮਰਜ਼ੀ ਬਹਿ ਜਾਓ, ਕੋਈ ਗੱਲ ਹੈ। ਕਿਆ ਖੂਬਸੂਰਤ ਨਜ਼ਾਰੇ ਸ਼੍ਰੀਨਗਰ ਦੇ। ਸ਼੍ਰੀਨਗਰ ਰੇਲਵੇ ਸਟੇਸ਼ਨ ਤੋਂ ਹੁਣੇ ਟ੍ਰੇਨ ਚੱਲੀ ਹੈ ਸਾਡੀ 9:15। ਚੱਲੇ ਹਾਂ ਅਸੀਂ ਅਨੰਤਨਾਗ। 1 ਘੰਟਾ 10 ਮਿੰਟ ਲੱਗਣੇ ਇਹਨੂੰ। ਪਹਿਲਗਾਮ ਅੱਜ ਈਦ ਸੀਗੀ ਤੇ ਈਦ ਕਰਕੇ ਨਾ ਸਾਰੀਆਂ ਗੱਡੀਆਂ ਇੱਥੇ ਬੰਦ ਸੀਗੀਆਂ। ਬਾਈ ਚਾਂਸ ਸਾਨੂੰ ਇੱਕ ਇਨੋਵਾ ਮਿਲੀ ਗਿਆ। ਇਹ ਅਨੰਤਨਾਗ ਤੋਂ ਅਸ਼ਵਾਕ ਕੋਈ ਜਗ੍ਹਾ ਹੈਗੀ ਆ, ਸੈਂਟਰ ਪੁਆਇੰਟ ਹੈ, ਉੱਥੇ ਤੱਕ ਜਾਏਗੀ ਅਤੇ ਉੱਥੋਂ ਫਿਰ ਅੱਗੋਂ ਫਿਰ ਹੋਰ ਦੇਖਦੇ ਹਾਂ ਕੋਈ ਕਨਵੈਂਸ ਦਾ ਹੋ ਜੂ। ਬੱਚੇ ਬੱਚੇ
ਜੀ ਦੋਸਤੋ, ਆ ਹੈਗਾ ਸਾਡਾ ਪਹਿਲਗਾਮ। ਪਹਿਲਗਾਮ ਦੇ ਵਿੱਚ ਇਹ ਹੈਗੀ ਹੈ ਲਿੱਦਰ ਨਦੀ, ਅਤੇ ਨਜ਼ਾਰਾ ਦੇਖੋ ਕੁਦਰਤ ਦਾ ਆ ਲਾ ਜੀ। ਪਹਾੜਾਂ ਦੀਆਂ ਚੋਟੀਆਂ ਬਰਫ਼ ਨਾਲ ਲੱਦੀਆਂ, ਤੇ ਨੀ।